ਬਿਮਾਰੀ ਨਾਲ ਮਾਤਾ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਕਰਦੇ ਹਾਂ ਨਵੇਂ ਵੀਡੀਓ ਦੀ ਸ਼ੁਰੂਆਤ ਅਤੇ ਅੱਜ ਜਿਹੜਾ ਆਪਾਂ ਚੱਲੇ ਹਾਂ ਮੁਕਤਸਰ ਅਤੇ ਅੱਜ ਆਪਾਂ ਪੈਲਸ ਵੀ ਵੇਖ ਕੇ ਆਉਣਾ ਕਿਉਂਕਿ ਵਿਆਹ ਦੇ ਦਿਨ ਨੇੜੇ ਆ ਅਤੇ ਪੈਲਸ ਜਲਾਲਾਬਾਦ ਤਾਂ ਆਪਾਂ ਨੂੰ ਮਿਲਿਆ ਨਹੀਂ ਗਾ ਕੋਈ ਪੈਲਸ ਅਤੇ ਹੁਣ ਆਪਾਂ ਮੁਕਤਸਰ ਵੇਖਦੇ ਆਪਾਂ ਨੂੰ ਜੇ ਮੁਕਤਸਰ ਮਿਲ ਗਿਆ ਪੈਲਸ ਤਾਂ ਬੇਸਿਕਲੀ ਆਪਾਂ ਹੈਗੇ ਮੁਕਤਸਰ ਦੇ ਹਾਂ ਅਤੇ ਰਹਿੰਦੇ ਆਪਾਂ ਜਲਾਲਾਬਾਦ ਆ ਅਤੇ ਜੇ ਆਪਾਂ ਨੂੰ ਇੱਥੇ ਪੈਲਸ ਮਿਲ ਗਿਆ ਤਾਂ ਫਿਰ ਆਪਾਂ ਨੂੰ ਇੱਥੇ ਆਪਦੇ ਵਾਲੇ ਘਰ ਦੇ ਵਿੱਚ ਸ਼ਿਫਟ ਹੋਣਾ ਪੈਣਾ ਵਾ ਅਤੇ ਇਸ ਕਰਕੇ ਅਤੇ ਆ ਜਾਓ ਆਪਾਂ ਚੱਲਦੇ ਹਾਂ ਮੁਕਤਸਰ ਅਤੇ ਇੱਕ ਪੈਲਸ ਆਪਾਂ ਵੇਖ ਲਿਆ ਮੰਮੀ ਨੂੰ ਪੁੱਛਦੇ ਹਾਂ ਕਿੱਦਾਂ ਦਾ ਲੱਗਿਆ ਪੈਲਸ ਉਹ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਹੋਰ ਸਭ ਠੀਕ ਹੈ ਬੇਟੇ ਅਤੇ ਹੁਣ ਗੁੜੀਆ ਦੀ ਤਿਆਰੀ ਰੱਖੀ ਹੋਈ ਸੀ ਸੋਚ ਰਹੇ ਸੀ ਵੀ ਜਲਾਲਾਬਾਦ ਦੇ ਵਿੱਚ ਮਿਲ ਜੇ ਜਲਾਲਾਬਾਦ ਦੇ ਵਿੱਚ ਪੈਲਸ ਨਹੀਂ ਮਿਲਿਆ ਅਤੇ ਹੁਣ ਆਪਾਂ ਜਿਹੜੇ ਆਪਦੇ ਉਸ ਏਰੀਏ ਦੇ ਵਿੱਚ ਮੁਕਤਸਰ ਸਾਹਿਬ ਦੇ ਪੈਲਸ ਪੈਲਸ ਇੱਕ ਦੇਖਿਆ ਵੈਸੇ ਬਹੁਤ ਵਧੀਆ ਸੀ ਪਰ ਉਹ ਡੇਟ ਨਹੀਂ ਮਿਲ ਰਹੀ ਸੀ ਹਿਸਾਬ ਦੇ ਨਾਲ ਅਤੇ ਫਿਰ ਬਾਕੀ ਨੂੰ ਸੋਚ ਕੇ ਵਿਚਾਰ ਕਰਦੇ ਹਾਂ ਉਹਨਾਂ ਨਾਲ ਅਤੇ ਹੁਣ ਆਪਾਂ ਦੂਜਾ ਪੈਲਸ ਵੇਖਦੇ ਹਾਂ ਦੂਜੇ ਪੈਲਸ ਦੇ ਵਿੱਚ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਅਤੇ ਇੱਦਾਂ ਹੀ ਪਿਆਰ ਦਿੰਦੇ ਰਿਹਾ ਜੇ ਹੁਣ ਆਪਾਂ ਵੀਡੀਓ ਬਣਾਈ ਜਾਣੀ ਆ ਠੀਕ ਆ ਅਤੇ ਬਾਕੀ ਤੁਹਾਡੇ ਨਾਲ ਗੱਲਾਂ ਬਾਅਦ 'ਚ ਕਰਦੇ ਹਾਂ 2000 years later ਤੁਹਾਨੂੰ ਮਾਘੀ ਦਾ ਮੇਲਾ ਵਿਖਾਉਣੇ ਆ ਬੁੜੀਆਂ ਨੂੰ ਵੇਖ ਕੇ ਭਾਂਡੇ ਨਾ ਅਤੇ ਭਾਂਡਿਆਂ ਵਾਲੇ ਪਾਸੇ ਪੈ ਗਈਆਂ ਅਤੇ ਹੁਣ ਇਹ ਭਾਂਡੇ ਵੇਖੀ ਜਾਂਦੇ ਆ ਆਹ ਦੋ ਗਲਾਸ ਅਤੇ ਆਹ ਇੱਕ ਆਪਾਂ ਵੇਖਿਆ ਵਾ ਅਤੇ ਹੁਣ ਭਾਂਡਿਆਂ ਨੂੰ ਵੇਖ ਕੇ ਅਤੇ ਭਾਂਡਿਆਂ ਵਾਲੇ ਪਾਸੇ ਮਾਘੀ ਦਾ ਤੁਹਾਨੂੰ ਮੈਂ ਇੱਕ ਮਾਰਿਆ ਅਤੇ ਆਏ ਤਾਂ ਅਸੀਂ ਕੁਛ ਹੋਰ ਕਰਨ ਸੀ ਮੈਂ ਕਿਹਾ ਚਲੋ ਵੀਡੀਓ ਦੇ ਵਿੱਚ ਆਪਾਂ ਮਾਘੀ ਦਾ ਮੇਲਾ ਵੀ ਵਿਖਾ ਦਈਏ ਅਤੇ ਬਾਕੀ ਹੈ ਤਾਂ ਅਸੀਂ ਭਾਂਡੇ ਭੁੰਡਿਆਂ ਵਾਲਾ ਸਮਾਨ ਆ ਠੀਕ ਆ ਅਤੇ ਬਾਕੀ ਜਵਾਕਾਂ ਦੇ ਖਿਡੌਣੇ ਖਿਡੌਣੇ ਆ ਅਤੇ ਹੁਣ ਤਾਂ ਐਂਡ ਜੇ ਤਾਂ ਰਹਿ ਗਿਆ ਪਰ ਮੇਲਾ ਪਹਿਲਾਂ ਹੁੰਦਾ ਸੀਗਾ ਮਤਲਬ ਜ਼ਿਆਦਾ ਬਾਕੀ ਦਿਨਾਂ 'ਚ ਲੰਘ ਗਿਆ ਹੁਣ ਤਾਂ ਘੱਟ ਹੀ ਆ ਮੇਲਾ ਪਰ ਜਿੰਨਾ ਕੁ ਤੁਹਾਨੂੰ ਹੋ ਸਕਦਾ ਤੁਹਾਨੂੰ ਮੈਂ ਹੋਰ ਦਿਖਾਉਣਾ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਆਪਣੇ ਘਰ ਵੀ ਗੇੜਾ ਮਾਰ ਕੇ ਜਾਵਾਂਗੇ ਅਤੇ ਫਿਰ ਆਪਾਂ ਚੱਲਾਂਗੇ ਵਾਪਸ ਅਤੇ ਆ ਜਾਓ ਚੱਲਦੇ ਆ ਰਹੀ ਨਾਲ ਮਾਤਾ ਨੇ ਤਾਂ ਆਪਦੇ ਭਾਂਡੇ ਲੈ ਲਏ ਅਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਅਤੇ ਹੁਣ ਆਪਾਂ ਉਸ ਤੋਂ ਬਾਅਦ ਚੱਲਦੇ ਹਾਂ ਅੱਗੇ ਅਤੇ ਮਿਲਦਾ ਮੈਂ ਤੁਹਾਨੂੰ ਹੋਰ ਕਿਤੇ ਅਤੇ ਆਹ ਅਸੀਂ ਖਰੀਦ ਲਿਆ ਆਪਣੇ ਤੈਨੂੰ ਕੀ ਕਹਿੰਦੇ ਹੁੰਦੇ ਮੈਟ ਅਤੇ ਭਾਂਡੇ ਭੁੰਡੇ ਜੇ ਮਾਤਾ ਨੇ ਖਰੀਦ ਲਏ ਅਤੇ ਹੁਣ ਆਪਾਂ ਚੱਲਦੇ ਹਾਂ ਇੱਧਰ ਮੁਕਤਸਰ ਵਾਲੇ ਘਰ ਹੋ ਕੇ ਨਾ ਇਸ ਤੋਂ ਬਾਅਦ ਆਪਾਂ ਚੱਲਾਂਗੇ ਫਿਰ ਜਲਾਲਾਬਾਦ ਅਤੇ ਆ ਜਾਓ ਚੱਲੀਏ ਨਾਲੇ ਮੈਂ ਤੁਹਾਨੂੰ ਆਪਦਾ ਘਰ ਵਿਖਾਉਣਾ ਮੁਕਤਸਰ ਵਾਲਾ ਅਤੇ ਆ ਜਾਓ ਚੱਲਦੇ ਹਾਂ ਤਾਂ ਇੱਧਰ ਝੂਲੇ ਲੱਗੇ ਹੋਏ ਆ ਤੁਹਾਨੂੰ ਮੈਂ ਜ਼ੂਮ ਕਰਕੇ ਵਿਖਾ ਦਿੰਦਾ ਤਾਂ ਇੱਧਰ ਝੂਲੇ ਲੱਗੇ ਹੋਏ ਆ ਅਤੇ ਇੱਧਰ ਅੱਗੇ ਆ ਗਿਆ ਬੱਸ ਸਟੈਂਡ ਅਤੇ ਮੇਲਾ ਹੋ ਗਿਆ ਇੱਥੇ ਖਤਮ ਹੋ ਜਾਂਦਾ ਅਤੇ ਮਗਰ ਗੁਰਦੁਆਰੇ ਤੱਕ ਨਹੀਂ ਸਾਰਾ ਮੇਲਾ ਲੱਗਿਆ ਹੁੰਦਾ ਅਤੇ ਹੁਣ ਜੀ ਆਪਾਂ ਚੱਲਦੇ ਹਾਂ ਘਰ ਅਤੇ ਘਰ ਜਿਹੜਾ ਆਪਣਾ ਹੈਗਾ ਉਹ ਬਿਲਕੁਲ ਬੱਸ ਅੱਡੇ ਦੇ ਨਾਲ ਨੂੰ ਗਲੀ ਮੁੜਦੀ ਆ ਅਤੇ ਅੱਗੇ ਜਾ ਕੇ ਆਪਣਾ ਘਰ ਆ ਜਮਾਂ ਬੱਸ ਸਟੈਂਡ ਦੇ ਨਾਲ ਹੀ ਆ ਅਤੇ ਆ ਜਾਓ ਅਤੇ ਆਪਾਂ ਆ ਗਏ ਘਰ ਅਤੇ ਉਵੇਂ ਬਾਹਰ ਛੱਡਿਆ ਪਿਆ ਸਾਰਾ ਕੁਛ
ਤੇ ਹੈਗਾ ਹਲੇ ਹਨੇਰਾ ਆ ਮੰਜਾ ਆਪਣਾ ਪਿਆ ਤੇ ਆ ਦੇਖੋ ਹੁਣ ਬਸ ਆਹ ਵਾਲੀ ਜਿਹੜੀ ਚੀਜ਼ ਆ ਮਾੜੀ ਮਾੜੀ ਜਿਹੜੀ ਹੋਈ ਆ ਖਰਾਬ ਬੰਦ ਦਾ ਕਰਕੇ ਇਹ ਆਪਾਂ ਥੋੜ੍ਹੀ ਥੋੜ੍ਹੀ ਸਹੀ ਕਰਵਾ ਕੇ ਅਤੇ ਇੱਥੇ ਹੁਣ ਆਪਾਂ ਸ਼ਿਫਟ ਹੁੰਦੇ ਹਾਂ ਅਤੇ ਇੱਕ ਰੂਮ ਇੱਧਰ ਆ ਇੱਕ ਉੱਧਰ ਪਰਲੇ ਪਾਸੇ ਆ ਇੱਕ ਪਾਸੇ ਇੱਧਰ ਆ ਅੰਦਰ ਫਲੱਸ਼ ਬਾਥਰੂਮ ਇੱਧਰ ਆ ਗਿਆ ਇੱਧਰ ਬਾਹਰਲੇ ਰੂਮ ਆ ਬਸ ਸਿਰਫ ਆਹ ਜਿਹੜੀ ਚੀਜ਼ ਹੋਈ ਆ ਨਾ ਇੰਨੀ ਇੰਨੀ ਕੁ ਥੋੜ੍ਹੀ ਥੋੜ੍ਹੀ ਜਿਹੀ ਸਲਾਬ ਆਈ ਆ ਉਹ ਵੀ ਮਗਰ ਵਾਲਿਆਂ ਨੇ ਘਰ ਬਣਾਇਆ ਅਤੇ ਉਹਦੇ ਕਰਕੇ ਥੋੜ੍ਹਾ ਪਾਣੀ ਦਾ ਛਿੜਕਾਅ ਕਰਕੇ ਹੋਇਆ ਇੱਧਰ ਵੀ ਬਸ ਉਹੀ ਚੀਜ਼ ਥੋੜ੍ਹੀ ਥੋੜ੍ਹੀ ਆ ਜ਼ਿਆਦਾ ਨਹੀਂ ਹੈਗੀ ਅਤੇ ਇਹ ਕਰਵਾ ਕੇ ਅਤੇ ਫਿਰ ਆਪਾਂ ਵੇਖਦੇ ਹਾਂ ਵੀ ਜੇ ਆਪਾਂ ਨੂੰ ਇੱਥੇ ਸੈਟਿੰਗ ਆ ਗਈ ਤਾਂ ਆਪਾਂ ਇੱਥੇ ਵਿਆਹ ਕਰਾਂਗੇ ਅਤੇ ਜੇ ਆਪਣੀ ਫਿਰ ਉੱਥੇ ਸੈਟਿੰਗ ਆਉਂਦੀ ਹੈ ਤਾਂ ਫਿਰ ਆਪਾਂ ਉੱਥੇ ਵਿਆਹ ਕਰਾਂਗੇ ਅਤੇ ਮੈਨੂੰ ਦਿਓ ਇਜਾਜ਼ਤ ਹਾਲੇ ਨਹੀਂ ਆਪਾਂ ਵੀਡੀਓ ਬੰਦ ਕਰਦੇ ਆਪਾਂ ਵੀਡੀਓ ਘਰ ਜਾ ਕੇ ਬੰਦ ਕਰਾਂਗੇ ਕਿਉਂਕਿ ਹਾਲੇ ਆਪਾਂ ਬੂਟ ਲੈਣ ਵੀ ਜਾਣੇ ਆ ਅਤੇ ਮੈਂ ਤੁਹਾਨੂੰ ਉਹਦਾ ਵੀ ਵਿਖਾਊਂਗਾ ਚੱਲੇ ਹਾਂ ਘਰੇ ਅਤੇ ਘਰ ਬਾਹਰ ਤੁਹਾਨੂੰ ਅੱਜ ਥੋੜ੍ਹਾ ਜਿਹਾ ਵਿਖਾਇਆ ਅਤੇ ਹੁਣ ਤੁਹਾਨੂੰ ਮੈਂ ਨਾ ਥੋੜ੍ਹੇ ਦਿਨ ਬਾਅਦ ਇਹ ਘਰ ਵਿਖਾਊਂਗਾ ਕਿਉਂਕਿ ਅਸੀਂ ਇੱਥੇ ਰਹਿੰਦੇ ਨਹੀਂ ਗੇ ਮੰਮੀ ਹੁਣੀ ਜੋਬ ਦਾ ਕਰਕੇ ਅਸੀਂ ਜਿਹੜੇ ਆਪਣੇ ਜਲਾਲਾਬਾਦ ਰਹਿੰਦੇ ਹਾਂ ਹੈ ਨਾ ਅਤੇ ਤਾਂ ਕਰਕੇ ਫਿਰ ਜਿਹੜਾ ਆਪਣਾ ਇੱਥੇ ਬੰਦ ਪਿਆ ਪਰ ਹੁਣ ਆ ਜਿਹੜਾ ਆਪਾਂ ਇੱਥੇ ਸ਼ਿਫਟ ਵੀ ਹੋ ਜਾਵਾਂਗੇ ਅਤੇ ਜੇ ਨਾ ਹੋਏ ਮੰਮੀ ਹੁਣੀ ਫਿਰ ਮੈਂ ਤਾਂ ਹੋਊਂਗਾ ਹੀ ਪਰ ਮੰਮੀ ਹੁਣਾਂ ਨੂੰ ਵੀ ਆਪਾਂ ਨਾਲ ਹੀ ਰੱਖਾਂਗੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਅਤੇ ਇਹ ਤਾਂ ਐਵੇਂ ਮੰਮੀ ਕੋਲ ਬੈਠੇ ਮੈਂ ਮਜ਼ਾਕ ਕਰੀ ਜਾਂਦਾ ਅਤੇ ਵੀ ਕੀ ਕਹਿੰਦੇ ਆ ਪਰ ਰਿਐਕਸ਼ਨ ਕੋਈ ਆਇਆ ਨੀਗਾ ਮੈਂ ਛੇੜਿਆ ਤਾਂ ਸੀਗਾ ਮੰਮੀ ਨੂੰ ਅਤੇ ਹੁਣ ਆਪਾਂ ਫਿਰ ਚੱਲਦੇ ਹਾਂ ਘਰੇ ਅਤੇ ਅਜੋ ਚੱਲਦੇ ਹਾਂ ਤਾਂ ਦੂਸਰੇ ਦਾ ਵੀ ਵਿਊ ਲੈ ਲਈਏ ਮੰਮੀ ਤੋਂ ਆਪਾਂ ਮੰਮੀ ਜਿਹੜਾ ਦੂਸਰਾ ਪੈਲਸ ਵੇਖਿਆ ਉਹ ਕਿਵੇਂ ਦਾ ਠੀਕ ਹੈ ਵੈਸੇ ਬਹੁਤ ਵਧੀਆ ਪੈਲਸ ਹੈਗਾ ਚਲੋ ਠੀਕ ਹੈ ਆਪਾਂ ਨੂੰ ਜੇ ਇੱਥੇ ਸ਼ਿਫਟ ਹੋਣਾ ਫਿਰ ਹੋਵਾਂਗੇ ਪੈਲਸ ਪਿੱਛੇ ਹੋਵਾਂਗੇ ਦੋ ਚੀਜ਼ਾਂ ਹੋਣਗੀਆਂ ਜਾਂ ਤਾਂ ਫਿਰ ਅਸੀਂ ਸ਼ਿਫਟ ਕਰਾਂਗੇ ਜਾ ਕੇ ਵਿਚਾਰ ਬਣਾਉਣੇ ਆ ਮੁਕਤਸਰ ਸ਼ਿਫਟ ਕਰਾਂਗੇ ਜਾਂ ਜੇ ਸਾਨੂੰ ਕੋਈ ਡੇਟ ਅੱਗੇ ਹੁੰਦੀ ਆ ਤਾਂ ਫਿਰ ਕੋਈ ਡੇਟ ਅੱਗੇ ਕਰਾਂਗੇ ਜਾਂ ਜੋ ਵੀ ਸਿਸਟਮ ਹੁੰਦਾ ਫਿਰ ਆਪਾਂ ਉਸ ਤਰੀਕੇ ਨਾਲ ਕਰਕੇ ਅਤੇ ਤੁਹਾਡੇ ਨਾਲ ਕਰਾਂਗੇ ਤਾਂ ਦੋ ਮਿੰਟ ਮੰਮੀ ਨਾਲ ਗੱਲ ਕਰ ਲੈਂਦੇ ਹੋ ਫਿਰ ਆਪਾਂ ਜਿਹੜਾ ਆਪਾਂ ਉੱਥੋਂ ਲੈ ਕੇ ਆਏ ਹਾਂ ਨਾ ਮੇਲੇ ਦੇ ਵਿੱਚੋਂ ਅਤੇ ਕਿਹਨੂੰ ਕਹਿੰਦੇ ਆ ਇਹਨੂੰ ਕੀ ਕਹਿੰਦੇ ਗਲੀਚਾ ਅਤੇ ਥੱਲੇ ਸੋਫਿਆਂ 'ਤੇ ਵਿਛਾਉਣ ਵਾਲਾ ਮੈਂ ਤੁਹਾਨੂੰ ਵਿਖਾਉਣਾ ਅਤੇ ਇਹ ਹੁਣ ਆਪਾਂ ਆਪਦੇ ਸੋਫਿਆਂ 'ਤੇ ਵਿਛਾ ਆਹ ਗਲੀਚਾ ਇਹ 10x12 ਦਾ ਅਤੇ ਜਿਹੜਾ ਕਿ ਮੰਮੀ ਲੈ ਕੇ ਆਏ ਆ ਇਹ ਹੁਣ ਆਪਣੇ ਜਿਹੜਾ ਮੁਕਤਸਰ ਵਾਲਾ ਘਰ ਆ ਉੱਧਰ ਆਪਾਂ ਜਿਹੜਾ ਹੁਣ ਕਰ ਦੇਣਾ ਨਾ ਸ਼ਿਫਟ ਅਤੇ ਸੋਫਿਆਂ ਦੇ ਥੱਲੇ ਇਹ ਵਿਛਾਵਾਂਗੇ ਪੂਰੇ ਰੂਮ ਦੇ ਵਿੱਚ ਆ ਜੂਗਾ ਥੱਲੇ ਸੋਫਿਆਂ ਦੇ ਥੱਲੇ ਅਤੇ ਇਹ ਮੇਰੀ ਮਾਤਾ ਨੇ ਹਿੰਮਤ ਮਾਰੀ ਆ ਰੇਟ ਤਾਂ ਬਹੁਤ ਮੰਗਦੇ ਸੀਗੇ ਪਰ ਆਪਾਂ ਨੂੰ ਬਹੁਤ ਵਾਜਬ ਰੇਟ ਦੇ ਉੱਤੇ ਇਹ ਮਿਲ ਗਿਆ ਅਤੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਆ ਜੇ ਸਾਰੇ ਜਣੇ ਵੀ ਇਹ ਕਿੱਦਾਂ ਦਾ ਹੈਗਾ ਸੋਹਣਾ ਵਾ ਅਤੇ ਚਲੋ ਕਿਹਨੂੰ ਕਰਦੇ ਹਾਂ ਪੈਕ ਹੁਣ ਅਤੇ ਉਹ ਵੇਖੋ ਇੱਥੋਂ ਜਿੱਥੋਂ ਮੈਂ ਬੈਠਾ ਨਾ ਇੱਥੋਂ ਲੈ ਕੇ ਉਹ ਉੱਥੋਂ ਤੱਕ ਲੰਮਾ ਹਾਲੇ ਵੀ ਲੰਮਾ ਮੰਮੀ ਉਹ ਕੰਧ ਦੇ ਕੋਲ ਦੀ ਆਈ ਜਾਂਦੇ ਉਹ ਵੇਖੋ ਕੰਧ ਦੇ ਉੱਤੋਂ ਦੀ ਵੀ ਲੰਮਾ ਹਾਲੇ ਇੰਨਾ ਬਹੁਤ ਵੱਡਾ ਇਹ ਰੀਚਾ ਵਾ ਅਤੇ ਹੁਣ ਇਹਨੂੰ ਕਰਨਾ ਪੈਕ ਖੋਲ੍ਹਣਾ ਸੌਖਾ ਸੀ ਬੰਨਣਾ ਬਹੁਤ ਔਖਾ ਸੀਗੀ ਸਾਡੀ ਅੱਜ ਦੀ ਵੀਡੀਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਬੋਲੋ ਸਾਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਾਂ ਅਤੇ ਚੈਨਲ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜਿੰਨੇ ਵੀ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਆ ਤਾਂ ਸਾਰਿਆਂ ਨੂੰ ਦਿਲੋਂ ਧੰਨਵਾਦ ਇਸੇ ਤਰ੍ਹਾਂ ਹੀ ਸਾਨੂੰ ਪਿਆਰ ਦਿੱਤੀ ਰੱਖੋ ਅਤੇ ਹੋਰ ਜਿੰਨੇ ਵੀ ਸਾਡੀ ਵੀਡੀਓ ਵੇਖਦੇ ਜੇ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਮੇਰੇ ਅਤੇ ਮਾਤਾ ਵੱਲੋਂ ਰਿਕੁਐਸਟ ਆ ਤੁਹਾਨੂੰ ਅਤੇ ਧੰਨਵਾਦ ਓਕੇ ਜੀ ਸਤਿ ਸ਼੍ਰੀ ਅਕਾਲ ਅਤੇ ਮਿਲਾਂਗੇ ਤੁਹਾਨੂੰ ਇੱਕ ਨਵੀਂ ਹੋਰ ਵੀਡੀਓ ਨੂੰ ਅਤੇ ਇਹ ਵਿਆਹ ਵਾਲੇ ਵਲੋਗ ਜਿਹੜੇ ਹੁਣੇ ਕੰਟੀਨਿਊਸ ਹੀ ਆਏ ਜਾਣਗੇ ਠੀਕ ਹੈ ਜੀ ਓਕੇ ਬਾਏ ਬਾਏ ਬਾਏ।